ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਨਦੌਰ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ। ਵੀਰ ਗੁਰਜੀਤ ਸਿੰਘ ਉਹਨਾਂ ਦੇ ਘਰ ਆਏ ਹਾਂ ਦੋਸਤੋ। ਇਸ ਘਰੋਂ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ, ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ। ਜਦੋਂ ਨਵੇਂ ਪਸ਼ੂ ਆਉਂਦੇ ਆ ਦੋਸਤੋ ਇਸ ਕਿੱਲੇ ਦੇ ਉੱਪਰ, ਤਾਂ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਹਾਂ। ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 3 ਮੱਝਾਂ ਤੁਹਾਨੂੰ ਦਿਖਾਉਣੀਆਂ ਨੇ, 2 ਮੱਝਾਂ ਗੱਭਣ, 1 ਸੂਈ ਸਵਾਈ ਆ, ਇੱਕ ਮਿਲਕਿੰਗ ਮਸ਼ੀਨ ਆ ਦੋਸਤੋ, ਉਹ ਵੀ ਵੀਰ ਸੇਲ ਕਰਦਾ ਪਿਆ ਨਿਊ ਕੰਡੀਸ਼ਨ ਦੇ ਵਿੱਚ ਆ, ਠੀਕ ਆ ਜੀ। ਸੋ ਨਿਊ ਕੰਡੀਸ਼ਨ ਦੇ ਵਿੱਚ ਆ, ਜਸਟ ਖਰੀਦੀ ਨੂੰ ਵੀ ਦੋਸਤੋ ਹਜੇ ਥੋੜਾ ਕੀ ਸਮਾਂ ਹੋਇਆ, ਗਰੰਟੀ ਵਾਰੰਟੀ ਦੇ ਵਿੱਚ ਹੀ ਆ। ਉਹ ਪੂਰੀ ਡਿਟੇਲ ਜਿਹੜੀ ਆਪਾਂ ਦੋਸਤੋ ਵੀਰ ਗੁਰਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਲਾਸਟ ਦੇ ਵਿੱਚ। ਸੋ ਸਿੰਗਲ ਪਾਕਟ ਜਿਹੜੀ ਦੋਸਤੋ ਇਹ ਮਸ਼ੀਨ ਵਿਕਾਊਗਾ ਮਿਲਕਿੰਗ। ਸੋ ਚਾਹਵਾਨ ਵੀਰ ਕੋਈ ਖਰੀਦਦਾਰ ਤੁਸੀਂ ਸੰਪਰਕ ਕਰ ਸਕਦੇ ਜੇ, ਠੀਕ ਆ ਜੀ। ਸੋ ਕੀ ਮੁੱਲ ਕੀ ਰੇਟ ਪੜਤਾ ਰਹਿਣ ਵਾਲਾ ਦੋਸਤੋ, ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਆਓ ਲੈਂਦੇ ਹਾਂ ਵਧੇਰੇ ਡਿਟੇਲ ਕਰਦੇ ਹਾਂ ਗੱਲਬਾਤ। ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ, ਅੱਜ 21 ਜੁਲਾਈ, ਅਤੇ ਸਮਾਂ ਕੋਈ 1:30 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਹਾਂ। ਇੱਕ ਮੱਝ ਤੁਹਾਨੂੰ ਸੂਈ ਸਵਾਈ ਦਿਖਾ ਦਾਂਗੇ, ਅਤੇ 2 ਮੱਝਾਂ ਜਿਹੜੀਆਂ ਗੱਭਣ ਹੋਣਗੀਆਂ ਇਸ ਕਿੱਲੇ ਦੇ ਉੱਪਰ। ਸਭ ਤੋਂ ਪਹਿਲਾਂ ਗੁਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਭੈਣ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਵੀਰ। ਅਤੇ ਗੁਰਜੀਤ ਵੀਰੇ, ਗਰਮੀ ਨੇ ਵੀ ਬਿਲਕੁਲ ਲੱਕ ਤੋੜਿਆ ਪਿਆ, ਬਹੁਤ ਬੁਰੇ ਹਾਲ ਵੀਰ ਜੀ। ਹੈ ਨਾ, ਹਾਂਜੀ, ਮੁੜ ਘਰ ਐਂ ਚੋਈ ਜਾਂਦਾ ਜਿਵੇਂ ਮਤਲਬ ਕਿ ਹੁਣੇ ਹੁਣੇ ਨਹਾ ਨਹਾ ਗਿਆ। ਨਹਾਉਣ ਦੀ ਲੋੜ ਹੀ ਨਹੀਂ, ਨਹਾਉਣ ਦੀ ਲੋੜ ਨਹੀਂ ਹੈ। ਹਾਂਜੀ ਠੀਕ ਆ ਜੀ। ਵੈਸੇ ਮੈਨੂੰ ਆਮ ਲੱਗਦਾ ਵੀ ਜੇਕਰ ਖੜਾ ਖੋਤਾ ਬੰਦਾ ਮਨੁੱਖੀ ਜੀਵਨ ਇੰਨਾ ਪ੍ਰਭਾਵਿਤ ਆ, ਤੇ ਪਸ਼ੂਆਂ ਦਾ ਤਾਂ ਬਹੁਤ ਮੰਦਾ, ਬਹੁਤ ਬੁਰੇ ਹਾਲ ਆ ਵਿਚਾਰੇ ਦਾ। ਠੀਕ ਆ, ਤੇ ਲਾਈਟ 10 ਮਿੰਟ ਚਲੀ ਜਾਵੇ ਤੇ ਫਿਰ ਪਤਾ ਲੱਗਦਾ ਵੀ ਇੰਨੀ ਕੁ ਥਾਂ ਦੇ ਵਿੱਚ ਖੜਨਾ ਕਿੰਨਾ ਕੁ ਔਖਾ। ਹਾਂਜੀ, ਤੇ ਗੁਰਜੀਤ ਭਾਈ ਚਲੋ ਫਿਲਹਾਲ ਅੱਜ ਆਪਣੇ ਕੋਲ ਜਿਹੜੇ ਨਾਗਨੇ 3 ਵਿਕਾਊ ਆ। ਹਾਂਜੀ, 3 ਨੇ ਵੀਰ ਜੀ। ਠੀਕ ਆ ਜੀ, ਇੱਕ ਮਿਲਕਿੰਗ ਮਸ਼ੀਨ ਵਿਕਾਊ ਆ। ਹਾਂਜੀ ਠੀਕ ਆ ਜੀ। ਤੇ ਮੱਝਾਂ, ਵੈਸੇ ਇੱਕ ਮੱਝਾਂ ਦੀ ਗੱਲ ਕਰੀਏ, 1 ਸੂਈ ਆ, 2 ਗੱਭਣ ਆਪਣੇ ਕੋਲ ਤਿਆਰੀ ਵਾਲੀਆਂ। ਹਾਂਜੀ ਠੀਕ ਆ ਜੀ। ਪਿਛਲੀ ਵਾਰ ਆਪਾਂ ਪਾਏ ਸੀ 5-4 ਪਸ਼ੂ, ਹੋ ਗਏ ਸੇਲ ਸਾਰੇ? ਹਾਂਜੀ, ਉਹ 2 ਘੰਟਿਆਂ ਚ ਹੋ ਗਏ। 2 ਘੰਟਿਆਂ ਜੀ? ਠੀਕ ਆ ਜੀ। ਲਓ ਵੀ ਅੱਜ ਵੀ ਦੋਸਤੋ ਰੇਟ ਪੜਤਾ ਅੱਜ ਵੀ ਜਾਇਜ਼ ਹੀ ਹੈ ਬਿਲਕੁਲ। ਹਾਂਜੀ ਜਾਇਜ਼। ਠੀਕ ਆ ਜੀ, ਅੱਜ ਵੀ ਦੋਸਤੋ ਮੁੱਲ ਵੈਸੇ ਜਾਇਜ਼ ਰਹਿਣ ਵਾਲੇ ਆ। ਸ਼ੁਰੂਆਤ ਕਰ ਲੈਂਦੇ ਹਾਂ ਪਹਿਲੇ ਨੰਬਰ ਤੇ ਦੋਸਤੋ, ਇਹ ਬੱਲੀ ਮੱਝ ਤੁਹਾਨੂੰ ਦਿਖਾ ਦਿੰਦੇ ਇੱਕ, ਇਹ ਸੂਈ ਹੈ ਜੀ ਪਹਿਲੇ ਨੰਬਰ ਵਾਲੀ ਇਹ ਮੱਝ। ਹਾਂਜੀ। ਅੱਛਾ ਗੁਰਜੀਤ ਭਾਈ, ਤਾਂ ਸੂਆ ਪੂਰਾ ਦੱਸ ਦੇ ਵੀ ਕਿੰਨੇ ਕੁ ਸਮਾਂ ਲਗਭਗ ਕਦੋਂ ਕੀ ਸੂਈ? ਇਹਨੂੰ 10 ਦਿਨ ਹੋ ਗਏ ਵੀਰ ਜੀ ਇਹ ਕੱਟਾ ਜੀ। ਲਓ ਜੀ, ਮਗਰ ਕੱਟਾ ਦੋਸਤੋ 10 ਕੁ ਦਿਨ ਦਾ ਸਮਾਂ ਹੋ ਗਿਆ। ਹਾਂਜੀ। ਤੇ ਦੁੱਧ ਕਿੰਨਾ ਇਸ ਵਕਤ ਥੱਲੇ? ਦੁੱਧ 8 ਕਿਲੋ ਆ। 8 ਕਿਲੋ ਹਾਂਜੀ, ਵੀ ਨੈਟ ਮੰਨ ਲਓ ਵੀ ਜਿਹੜਾ ਆਪਾਂ ਚੁਬਾ ਦਾਂਗੇ ਕਿਸੇ, ਤੇ ਸੂਆ ਕਿੰਨਾ ਦੱਸਿਆ? ਸੂਆ 3ਜਾ। ਠੀਕ ਹੈ ਜੀ। ਹਾਂਜੀ, ਤਾਂ ਦੱਸੋ 3ਜਾ ਸੂਆ ਵੀਰ ਦੱਸ ਰਿਹਾ, ਤੇ 10 ਕੁ ਦਿਨਾਂ ਦੀ ਸੂਈ, 8 ਕਿਲੋ ਦੁੱਧ, ਬਾਕੀ ਚੂਣ ਚਣ ਚੌਥ ਨਾਲ ਦੀ ਕਿਦਾਂ? ਬਹੁਤ ਵਧੀਆ ਵਿੱਚ, ਨਾ ਬਰਾਬਰ ਦੀ ਭੂਰ ਛੱਟਾ ਕੋਈ? ਕੋਈ ਭੂਰ ਨਹੀਂ, ਕੋਈ ਛੱਟਾ ਨਹੀਂ। ਠੀਕ ਹੈ ਜੀ। ਹਾਂਜੀ, ਲਓ ਦੱਸੋ ਕਿਸੇ ਰਕਮ ਦਾ ਕੋਈ ਭੂਰ ਨਹੀਂਗਾ, ਕੋਈ ਛੱਟਾ ਨਹੀਂਗਾ, ਚੂਣ ਨੰਬਰ ਵੀਰ ਦੱਸ ਰਿਹਾ ਵੀ 1 ਨੰਬਰ ਆ ਚਵਾਈ। ਠੀਕ ਹੈ ਜੀ। 8 ਕੁ ਕਿਲੋ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ ਆ, ਹਜੇ ਤਕਰੀਬਨ ਕੋਈ 10 ਕੁ ਦਿਨਾਂ ਦਾ ਸਮਾਂ ਹੋਇਆ ਸੂਈ ਨੂੰ, ਤੇ ਬਾਕੀ ਆ ਤੁਹਾਨੂੰ ਦੁੱਧ। ਸੁਬਾ ਚਵਾਈ ਕਿੰਨੇ ਕੁ ਵਜੇ ਕੀਤੀ ਆ? ਸੁਬਾ 7 ਵਜੇ। 7 ਕੁ ਵਜੇ ਲੇਟ ਹੀ ਕਰਦੇ ਹੈ? ਹਾਂਜੀ। ਆ ਚਲੋ ਨੋਰਮਲੀ ਗਰਮੀ ਦੇ ਦਿਨ ਵੈਸੇ 7 ਕੁ ਵੱਜ ਹੀ ਜਾਂਦੇ ਆ, ਚਵਾਈਆਂ ਚਵਾਈਆਂ ਕਰਦੇ ਪਸ਼ੂਆਂ ਦਾ ਜਿਹੜਾ ਦੋਸਤੋ ਟਾਈਮ ਹੋ ਜਾਂਦਾ ਇੰਨਾ ਕੁ, ਤੇ ਹੁਣ ਕੋਈ 1:30 ਵਜੇ ਦਾ ਦੋਸਤੋ, 1:30 ਵਜੇ ਦਾ ਸਮਾਂ ਹੈ, ਉਸ ਅਕੋਰਡਿੰਗ ਤੁਸੀਂ ਜਿਹੜੀ ਜੱਜਮੈਂਟ ਕਰ ਲਿਓ। ਠੀਕ ਆ ਜੀ, ਸਮੇਂ ਦੇ ਅਕੋਰਡਿੰਗ ਜੱਜਮੈਂਟ ਕਰ ਲਿਓ। ਤੇ ਆਹ ਦੇਖੋ ਜੀ, 8 ਕਿਲੋ ਦੁੱਧ ਇਸ ਮਹਿ ਦੇ ਥੱਲੇ ਦੋਸਤੋ ਜਿਹੜਾ ਹੁਣ ਨੈਟ ਹਾਜ਼ਰ ਆ। ਹਾਈਟ ਮੀਡੀਅਮ, ਭਾਵੇਂ ਕੋਈ ਵੀਰ ਮੰਨ ਲਏ, ਜ਼ਿਆਦਾਤਰ ਮੱਝਾਂ ਆਪਾਂ ਇਸੇ ਕੱਦ ਕਾਠ ਦੇ ਵਿੱਚ ਮੀਡੀਅਮ ਹਾਈਟ ਦੇ ਵਿੱਚ ਆ। ਆਹ ਦਿਖਾਇਓ ਗੁਰਜੀਤ, ਤੇ ਪੂਰੀ ਮੋੜ ਕੇ ਮਾੜਾ ਫੇਸ ਦਿਖਾ ਦਈਏ ਤਾਂ। ਆਹ ਲਓ ਜੀ, ਇਹ ਦੋਸਤੋ ਫੇਸ ਕੁਆਲਿਟੀ ਹੈ ਇਸ ਮਹਿ ਦੀ। ਠੀਕ ਆ, ਆਹ ਕਰੋ ਚੈੱਕ। ਸੂਬਿਆਂ ਦੇ ਵਿੱਚ ਦੋਸਤੋ ਵਪਾਰ ਦੀ ਲੈਣਾ, ਕੋਈ ਤੀਜੇ ਮੰਨ ਕੇ ਅੱਗੋਂ ਮੰਨ ਲਾ ਵੀ ਉਹਨਾਂ ਦਿੱਤੀ ਆ ਵੀਰਾਂ ਨੇ, ਉਹਦੇ ਅਕੋਰਡਿੰਗ ਅੱਗੋਂ ਤੀਜਾ ਮੰਨ ਲਏ ਕੋਈ ਵੀਰ, ਅੱਗੇ ਹਰ ਇੱਕ ਭਰਾ ਦੀ ਆਪੋ ਆਪਣੀ ਸਮਝ ਆ। ਠੀਕ ਆ, ਤੇ ਚੋਣ ਜਾਣ ਚੰਗੀ ਆ, ਸਾਫ਼ ਸੁਥਰੀ ਆ, ਖਰੀ ਆ, ਉਹ ਤੁਸੀਂ ਚਵਾਈ ਕਰਕੇ ਦੇਖ ਹੀ ਲੈਣੀ ਆ। ਕੋਈ ਇਹ ਤਾਂ ਹੈ ਨਹੀਂ ਦੋਸਤੋ ਵੀ ਗੱਭਣ ਪਸ਼ੂ ਆ ਤੇ ਚੌਥ ਨਾਲ ਕਿਤੇ ਤਿੱਪ ਕੇ ਤਸੱਲੀ ਕਰਨੀ ਆ,
ਆਪਣੀ ਵਰਾ ਕੇ ਬੇਸ਼ੱਕ ਕੋਈ 4-5 ਕਿਲੋ ਡੰਗ ਦਾ ਚੋ ਕੇ ਤੁਸੀਂ ਤਸੱਲੀ ਕਰ ਲਿਓ, ਠੀਕ ਹੈ। ਅਤੇ ਹਾਂ ਗੁਰਜੀਤ ਬਾਈ, ਇਹਨੂੰ ਮੁੜਿਆ ਜੀ ਇੱਕ ਵਾਰੀ, ਆਹ ਕਰੋ ਚੈੱਕ ਜੀ, ਠੀਕ ਹੈ। ਠੀਕ ਹੈ ਜੀ, ਠੀਕ ਹੈ, ਕੀ ਡਿਮਾਂਡ ਭਰਾ ਰਹੂਗੀ ਇਹਦੀ? ਇਹਦਾ ਮੁੱਲ 65,000 ਹੈ ਜੀ। 65,000? ਹਾਂਜੀ। ਵੀ ਦੇਣ ਲੈਣ ਵਾਲੀ ਗੱਲ ਹੀ ਕਰੀਏ, ਵੀ ਜਿੱਥੋਂ ਤੱਕ ਆਪਾਂ ਪੱਧਰ ਜਿਹਾ ਕਰ ਦਈਏ ਕੰਮ, ਵੀ ਹਰ 63,000 ਦੀ ਹਾਂ ਨਾ ਦੇ ਦਾਂਗੇ। 63,000 ਦੀ? ਹਾਂਜੀ, ਠੀਕ ਹੈ ਜੀ। ਹਾਂਜੀ, ਲਓ ਵੀ ਦੋਸਤੋ, 63,000 ਦੀ ਜਿਹੜੀ ਆ ਵੀਰਾਂ ਦਾ, ਵੀ ਇਹ ਦੇਵਾਂਗੇ ਆਪਾਂ, ਵੀ ਹਾਂ ਨਾ ਸਮਝੋ, ਠੀਕ ਹੈ। ਬਾਕੀ ਆਪਦੀ ਕਿਸੇ ਵੀਰ ਨੇ ਸਮਝੋ, ਤੁਸੀਂ ਦੇਖ ਲੈਣੀ ਹੈ, ਆ ਕੇ ਆਪਣੀ ਚੋਕੇ ਤਸੱਲੀ ਕਰ ਲਿਓ, ਠੀਕ ਹੈ। 8 ਕਿਲੋ ਦੁੱਧ 63,000 ਦੀ ਇਹ ਮਿਲ ਜੂਗੀ ਤੁਹਾਨੂੰ। ਅੱਗੇ ਸੈਕਿੰਡ ਨੰਬਰ ਤੇ ਭਾਈ ਗੁਰਜੀਤ ਆ ਖੜੀ ਆਪਣੇ ਕੋਲ, ਇਹ ਵਿੱਚ ਗੱਬਣ ਆ ਜੀ, ਇਹ ਝੋਟੀ ਕਿੰਨਾ ਸੁਭਾਅ ਹੋਗੀ? ਇਹ ਦੂਜੇ ਸੂਏ ਦੂਜਣ। ਹਾਂਜੀ, ਸਮਾਂ ਲੈ ਜੂ ਕਿੰਨਾ ਕੁ ਜੀ? ਸਮਾਂ 10 ਦਿਨ ਲੈ ਜੀ। 10 ਕੁ ਦਿਨ? ਹਾਂਜੀ, ਠੀਕ ਹੈ ਜੀ। ਐ ਪੂਰੀ ਤਸੱਲੀ ਤੇ ਆਈ? ਹਾਂ ਪੂਰੀ ਤਸੱਲੀ, ਪਿੱਛੇ ਪੁੱਛੇ ਦੀ ਆ, ਤਿੱਪਣ ਤੁੱਪਣ ਆਪਣੀ ਭਰਾਈ ਆ। ਹਾਂਜੀ, ਕੋਈ ਗੱਲਬਾਤ ਨਹੀਂ, ਠੀਕ ਹੈ ਜੀ। ਲਓ ਦੋਸਤੋ, ਤਿੱਪਣ ਵੀਰ ਦੀ ਤਸੱਲੀ ਕੀਤੀ ਆ, ਬਾਕੀ ਪਿੱਛੇ ਪੁੱਛੇ ਦੀ ਕੋਈ ਰੁਕਾਵਟ ਨਹੀਂ, ਕੋਈ ਮਸਲਾ ਨਹੀਂਗਾ। ਫਿਲਹਾਲ ਕੋਈ ਭਰਾ ਆਪਦੀ ਨਿਗਰਾਨੀ ਚੋਂ, ਨਿਗਾਹ ਚੋਂ ਕੱਢ ਲਿਓ ਤੁਸੀਂ ਆਣ ਕੇ, ਲੈ ਜੂ। ਦਿਨ ਕਿੰਨੇ ਕੁ ਜੀ? 10 ਦਿਨ ਲੈ ਜੂ ਜੀ। 10 ਕੁ ਦਿਨ, ਠੀਕ ਹੈ ਜੀ। ਲਓ ਦੋਸਤੋ, 10 ਕੁ ਦਿਨ ਘੱਟੋ ਘੱਟ ਲੈ ਜੂਗੀ। ਆਹ ਥਣ ਵੇਖੋ ਤੁਸੀਂ ਬਿਲਕੁਲ ਦੋਸਤੋ, ਬੈਕ ਸਾਈਡ ਤੋਂ, ਠੀਕ ਹੈ ਜੀ। ਵਿਖਾਲਾ ਪੱਧਰ ਬਿਲਕੁਲ ਬਣਾ ਕੇ ਤਿਆਰ ਹੋਊਗੀ, ਭਰਨਾ ਸ਼ੁਰੂ ਕੀਤਾ ਕਰਮਾਂ ਦੀਆਂ, ਠੀਕ ਹੈ ਜੀ। ਲੇਵਾ ਹਜੇ 10 ਕੁ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂਗੀ, ਠੀਕ ਆ। ਅਤੇ ਕੱਦ ਦੀ ਗੱਲ ਕਰ ਲਈਏ ਦੋਸਤੋ, ਸਿੰਗਲ ਹੱਡੀ ਦੇ ਵਿੱਚ ਆ, ਕੱਦ ਮੀਡੀਅਮ ਅਤੇ ਪਤਲੇ ਪਿੰਡੇ ਦੇ ਵਿੱਚ ਆ, ਠੀਕ ਆ ਜੀ। ਸਿੰਗਾਂ ਸੁੰਗਾਂ ਦੀ ਪੂਰੀ ਗਲਾਈ ਆ, ਸੋ ਦੂਜਾ ਕਸੂਆ ਦੱਸ ਰਿਹਾ ਵੀਰ, ਵੀ ਦੂਜਾ ਕਸੂਆ ਸੂਣ ਵਾਲੀ ਆ, ਅਤੇ ਇਹ ਵੀ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਕੇ ਦਿਖਾ ਦਿੰਦੇ ਹਾਂ ਭਰਾਵਾਂ ਨੂੰ, ਠੀਕ ਆ। ਸੋ ਗੱਬੜ ਆ ਦੋਸਤੋ, ਤਿਆਰੀ ਵਾਲੀ ਆ, ਠੀਕ ਆ ਜੀ। ਲਾਹੇ ਬਣਾਏ ਪਈ ਆ, ਕੋਈ 30-40% ਲਾਹਿਆ ਕਰਮ ਵਾਲੀ ਨੇ। ਲਓ ਜੀ, ਠੀਕ ਹੈ, ਚਲੋ ਤੋੜ ਕੇ ਦਿਖਾ ਦਿੰਦੇ ਹਾਂ ਤੁਹਾਨੂੰ। ਠੀਕ ਹੈ ਜੀ, ਜਾਓ ਮੋੜ ਲਈਏ। ਆਹ ਦੇਖੋ ਜੀ, ਠੀਕ ਹੈ, ਠੀਕ ਹੈ ਜੀ। ਸੋ ਦੂਜਾ ਸੂਬਾ ਦੋਸਤੋ ਇਸ ਝੋਟੀ ਨੇ ਸੂਣਾ, ਅਤੇ ਹਵਾਨਾ ਲੇਵਾ ਤੁਸੀਂ ਆ ਬੈਕ ਸਾਈਡ ਤੋਂ ਦੇਖ ਲਓ, ਠੀਕ ਹੈ ਜੀ। ਸਫਾਈਆਂ ਸਫਾਈਆਂ ਪੂਰੀਆਂ ਨੇ ਲੇਵੇ ਦੇ ਵਿੱਚ, ਅਤੇ ਅੱਗੋਂ ਗੁਰਜੀਤ ਭਾਈ ਇੱਕ ਵਾਰੀ ਹੋਰ ਘੁਮਾ ਕੇ ਨਾ ਦਿਖਾ ਦਈਏ ਮਾੜਾ ਜਿਹਾ, ਅੱਗੋਂ ਮੋੜ ਲਿਆ ਇੱਕ ਵਾਰੀ ਫਿਰ ਦਿਖਾ ਦਈਏ, ਮੋੜ ਲਿਆ ਜੀ, ਹਾਂਜੀ। ਲਓ ਜੀ, ਸੋ ਆਹ ਫੇਸ ਕੁਆਲਿਟੀ ਆ, ਠੀਕ ਹੈ ਜੀ। ਸਿੰਗੀ ਸੁੰਗੀ ਚੰਗੀ ਆ, ਬਾਕੀ ਹਵਾਨਾ ਲੇਵਾ ਤੁਸੀਂ ਵੇਖ ਲਓ। ਹਾਂ ਲਓ ਜੀ, ਹਾਂ ਠੀਕ ਹੈ, ਤੋਰ ਲਓ ਲੰਮਾ ਅੱਗੇ। ਠੀਕ ਆ, ਘੁਮਾ ਲਓ। ਇਹਦਾ ਵੀਰ ਜੀ 75,000 ਰੁਪਏ। 75? ਹਾਂਜੀ, ਲੈਣ ਦੇ ਨਹੀਂ ਹੈ ਕਿ ਛੋੜ ਛੱਪਾ ਕਰਕੇ ਕਿੱਥੋਂ ਕਿਤੇ? ਕੋਈ ਨਹੀਂ, ਕੋਈ 1,500 ਕਰ ਦਾਂਗੇ ਜੀ। 1,500 ਮਾਰ ਦਈਏ, ਬਹੁਤ ਚੰਗੀ ਹੈ ਜੀ, ਮੈਂ ਛਾਲ ਮਾਰ ਦਈਏ, ਵਾਹਵਾ ਜਿੰਨੀ ਵੱਜਦੀ।
ਚਲੋ 2000 ਛੱਡ ਦਾਂਗੇ ਵੀਰ ਜੀ। 73 ਦੀ, ਹਾਂਜੀ ਠੀਕ ਹੈ। ਹਾਂ ਬਾਕੀ ਐਂ ਠੱਡੀ ਠਾਰ, ਕੋਈ ਚੱਕਰ ਨਹੀਂ, ਜਿੱਦਾਂ ਮਰਜ਼ੀ ਬੈਠੇ ਰਹੋ। ਲਓ ਵੀ ਭਰਾਵੋ, ਬਾਕੀ ਪਿੰਡੇ ਪੁੰਡੇ ਦੀ ਪੂਰੀ ਨਿੱਗਰ ਆ, ਸਿੰਗਲ ਹੱਡੀ ਦੇ ਵਿੱਚ ਆ, ਬਾਕੀ ਥਣ ਦੇ ਵੀ ਸਾਫ਼ ਸੁਥਰੀ ਆ। 75,000 ਮੰਗ ਕੀਤੀ ਆ ਵੀਰ ਨੇ, ਤੇ 72,000 ਸੋਰੀ 73,000 ਦੀ ਤੁਹਾਨੂੰ ਮਿਲ ਜੂਗੀ। 2,000 ਵਿੱਚੋਂ ਲੈਸ ਆ 75,000 ਦੇ ਵਿੱਚ, ਠੀਕ ਹੈ। ਸੋ 73,000 ਦੀ ਮਿਲ ਜੂਗੀ, ਝੋਟੀ ਚੰਗੀ ਆ, ਬਾਕੀ ਚਲੋ ਨਵਾਂ ਪਸ਼ੂ ਆ। ਤੇ ਇਸ ਤੋਂ ਬਾਅਦ ਗੁਰਜੀਤ ਭਾਈ ਆਪਣੇ ਕੋਲ ਜਿਹੜੀ ਆ ਮੈਂ ਖੜੀ ਹੈ, ਇਹ ਵੀ ਪੂਰੇ ਵਜਨ ਵੱਟੇ ਵਾਲੀ ਆ, ਕੀ ਡਿਟੇਲ ਇਹਦੀ? ਇਹ ਵੀ ਤਿਆਰ ਆ ਜੀ ਵੀਰ ਜੀ, ਬਸ ਤਿਆਰ ਸਾਲ ਦੀ। ਗੱਭਣੀ ਹੈ ਵੀ, ਹਾਂਜੀ ਇਹ ਸੂਆ ਕਿਨਵਾ ਸੁਣਦੀ ਗਾ? ਇਹ ਤੇਜਸ ਵੀਰ ਜੀ, ਤੇਜਾ, ਹਾਂਜੀ ਠੀਕ ਹੈ ਜੀ। ਐ ਭਰਾਉਣ ਨੂੰ ਚੰਗੀ ਨਿਕਲੀ ਤਿੱਪਣ। ਹਾਂ ਚਲੋ ਐ ਵਧੀਆ ਪੋਲੀ। ਲਓ ਵੀ ਇੱਕ ਵਾਰੀ ਦੋਸਤੋ ਤੁਸੀਂ ਥਾਣਾ ਦੇਖ ਲਓ, ਠੀਕ ਹੈ ਜੀ। ਇਹ ਵੀ ਤੇਜਾ ਸੂਆ ਸੋਣੀ ਹੈ, ਠੀਕ ਹੈ ਜੀ, ਇਹ ਤੇਜਾ ਸੂਆ ਸੋਣੀ ਹੈ। ਬਾਕੀ ਆਹ ਥਾਣ ਦੇ ਵਾਲੀ ਸਾਈਡ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਸੋ ਮੂੰਹ ਮੱਥੇ ਦੀ ਆਹ ਹੈਗੀ, ਠੀਕ ਹੈ ਜੀ। ਆਹ ਸਿੰਗ ਵੇਖ ਸਕਦੇ, ਥੋੜ੍ਹਾ ਜਿਹਾ ਉੱਚਾ ਖੁੱਲਾ ਸਿੰਗ, ਪਰ ਵਜਨ ਵੱਟੇ ਦੇ ਹਿਸਾਬ ਨਾਲ ਜਿਹੜਾ ਦੋਸਤੋ ਪੂਰਾ ਫੱਬਦਾ, ਪੂਰਾ ਮੇਲ ਖਾਂਦਾ ਪਿਆ, ਠੀਕ ਆ। ਤੇ ਸੋਹਣਾ ਕੱਦ ਕਾਠ ਆ, ਢਾਂਚਾ ਢੂੰਚਾ ਇਸ ਮਹਿ ਦਾ ਵੀ ਚੰਗਾ, ਪੂਰੀ ਨਿੱਗਰ ਫੁੱਲ ਭਾਰੀ ਆ, ਠੀਕ ਆ ਜੀ। ਹਾਈਟ ਮੀਡੀਅਮ ਕੋਈ ਭਰਾ ਮੰਨ ਕੇ ਸੌਦਾ ਕਰ ਲਿਓ, ਪਰ ਖਾਏ ਵਜਨ ਵੱਟੇ ਵਾਲੀ ਆ। ਆਪਾਂ ਬਿਲਕੁਲ ਭਰਾ ਭਰੂ ਕੇ ਲੈ ਕੇ ਆਏ, ਆਪਣੀ ਤਸੱਲੀ ਤਾਂ ਪੂਰੀ ਹੋ ਗਈ ਹੈ, ਚਲੋ ਜਿੱਥੋਂ ਮਾਲ ਲੈਂਦੇ ਆ। ਹਾਂਜੀ ਪੂਰੀ, ਅੱਗੋਂ ਆਪਦਾ ਕੋਈ ਭਰਾ ਤਸੱਲੀ ਕਰੇ, ਹਾਂਜੀ ਕਿ ਕੋਈ ਐਸੀ ਵੈਸੀ ਕੋਈ ਸਮੱਸਿਆ ਨਹੀਂ ਪਿੱਛੇ, ਨਾ ਕੋਈ ਗੱਲਬਾਤ ਨਹੀਂ। ਠੀਕ ਹੈ ਭਰਾ, ਲੈ ਵੀਰ ਗੁਰਜੀਤ ਇਹ ਵੀ ਕਰਕੇ ਵੀਰਾਂ ਦੇ ਅੱਗੇ ਪੇਸ਼ ਇੱਕ ਵਾਰੀ। ਫੁੱਲ ਵਜਨਦਾਰ ਚੌੜਾ ਪਿੱਠਪੁੜਾ ਤੇ ਬਹੁਤ ਖੂਬਸੂਰਤ ਦੋਸਤੋ, ਦੇਖ ਵੇਖੋ ਤੁਸੀਂ, ਠੀਕ ਆ। ਬਾਕੀ ਬਖਾਲਾ ਵੇਖੋ, ਬਿਲਕੁਲ ਪੱਧਰ ਬਖਾਲਾ, ਇੱਕ ਸਾਰ ਲੇਵਾ, ਵਜਨ ਦੋੜ ਫੁੱਲ ਬੜਾ ਫੁੱਲ ਆ, ਉਹਦੇ ਵਿੱਚ ਨੋ ਡਾਊਟ ਕੋਈ ਵੀਰ, ਠੀਕ ਆ ਜੀ। ਕਿੰਤੂ ਪਰੰਤੂ ਵਾਲੀ ਗੱਲ ਨਹੀਂ ਗੀ, ਪੂਰੇ ਵਜਨ ਦੋੜ ਵਾਲੀ ਆ। ਠੀਕ ਹੈ ਜੀ। ਕੋਈ ਗੁਰਜੀਤ ਪਿਛਲੇ ਸੂਬੇ ਦਾ ਮਿਲਕ ਰਿਕਾਰਡ ਕੋਈ ਪਤਾ ਦੱਸਿਆ, ਕਿੰਨਾ ਕੁ ਚੋਇਆ ਚੋਇਆ? 15 ਕਿਲੋ ਆਂਦੇ ਵੀਰ ਜੀ ਅਸੀਂ ਚੋਣੇ, 15 ਕਿਲੋ, ਹਾਂਜੀ। ਚਲੋ ਮੱਝ ਵੱਡੀ ਆ, ਵਜਨ ਲੋਡ ਵਾਲੀ ਆ, ਲੋ ਪੇ ਤਰੀ ਆ, ਬਾਕੀ ਚਲੋ ਕਿਸਮਤ ਦੀਆਂ ਗੱਲਾਂ, ਸੇਵਾ ਦਾ। ਹਾਂ ਬਿਲਕੁਲ ਜੀ। ਤਾਂ ਦੋਸਤੋ ਕੋਈ ਵੀਰ ਦੱਸ ਰਿਹਾ ਵੀ 15 ਲੀਟਰ ਦੀ ਚਵਾਈ ਆ ਪਿਛਲੇ ਸੂਬੇ, ਚਲੋ ਜਿੱਥੋਂ ਦੋਸਤੋ ਕਈ ਨਾ ਪਸ਼ੂ ਵੀਰ ਸੇਲ ਕਰਨ ਦੇ ਮਾਰੇ ਵੀ ਕੋਈ ਕਿਲੋ ਖੰਡ ਵੱਧ ਦੱਸ ਸਕਦੇ ਆ, ਪਰ ਜਿੱਡਾ ਬਾਡੀ ਬਣਤਰ ਆ, ਜਿੱਡਾ ਕੁ ਸਟਰਕਚਰ ਆ, ਜਿੱਡਾ ਕੁ ਢਾਂਚਾ ਇਸ ਮਹਿ ਦਾ, ਠੀਕ ਆ ਜੀ, ਉਮੀਦ ਚੰਗੀ ਕੀਤੀ ਜਾ ਸਕਦੀ ਹੈ। ਬਾਕੀ ਆ ਤੁਹਾਡੇ ਸਾਹਮਣੇ ਠੀਕ ਆ ਬਾਈ, ਆ ਲੈ ਐਨ ਮੋੜ ਕੇ ਬਾਈ ਗੁਰਜੀਤ ਇੱਕ ਵਾਰੀ ਦਿਖਾਇਓ, ਐਨ ਐਨ ਆ ਲਓ ਜੀ, ਆ ਲਓ ਜੀ। ਠੀਕ ਹੈ ਵੀਰ, ਲਿਆਓ ਤੇ ਗੁਰਜੀਤ ਇਹਦਾ ਵੀਰੇ ਮੁੱਲ ਦੱਸੋ ਕੀ ਕਰਦੇ? ਇਹਦਾ 85,000 ਵਿੱਚ। 85, ਹਾਂਜੀ ਲੈਣ ਦੇ ਨਾਲ ਆ ਵਿੱਚੋਂ ਕਰ ਦਈਏ ਕੁਛ ਹੋਰ? ਨਹੀਂ ਕਰ ਦਾਂਗੇ ਮਾਨ ਤਾਂ ਕਰ ਦਿਓ ਖੁੱਲਾ, ਜਿੰਨਾ ਵੀ ਹੋ ਸਕਦਾ ਹੋਇਆ, ਠੀਕ ਆ। 83 ਦੀ ਦੇ ਦਾਂਗੇ ਵਿੱਚ, 83 ਦੀ, 2,000 ਇਹਦੇ ਚੋਂ ਵੀ ਲੈਸ ਕਰ ਦਾਂਗੇ, ਹਾਂਜੀ। ਲਓ ਤੁਸੀਂ 83,000 ਦੀ ਮਿਲ ਜੂਗੀ, ਬਾਕੀ ਫੁੱਲ ਵਜਨ ਵੱਟੇ ਵਾਲੀ ਆ, ਪੂਰੀ ਭਾਰੀ ਆ, ਵਜਨ ਲੋਡ ਵਾਲੀ ਆ, ਠੀਕ ਆ। ਕੋਈ ਦੂਰੋਂ ਨੇੜੇ ਮੇਰਾ ਭਰਾ ਆ ਰਿਹਾ ਤੇ ਤੁਸੀਂ ਇੱਕ ਆਈਡੀਆ ਮੰਨ ਕੇ ਆਇਓ, ਠੀਕ ਆ ਜੀ। ਵਜਨ ਲੋਡ ਵਾਲੀ ਇਹ ਮੈਂ ਆ, ਬਾਕੀ ਮੂੰਹ ਮੱਥੇ ਦੀ ਚੰਗੀ ਆ, ਸ਼ਾਈ ਸ਼ੂਈ ਤੁਸੀਂ ਵੇਖੋ, ਮੱਥਾ ਬਿਲਕੁਲ ਜੈੱਡ ਬਲੈਕ, ਠੀਕ ਆ ਜੀ, ਤੇ ਫੇਸ ਕੁਆਲਿਟੀ ਵਾਲੇ ਪਾਸਿਓਂ ਇਦਾਂ ਦੀ ਹੈ, ਠੀਕ ਹੈ। ਇੱਕ ਦੋਸਤੋ ਲਾਸਟ ਦੇ ਵਿੱਚ ਇਹ ਮੱਝਾਂ ਸੀਗੀਆਂ, ਫਿਲਹਾਲ ਇੱਕ ਤੁਹਾਨੂੰ ਮਿਲਕਿੰਗ ਮਸ਼ੀਨ ਦਿਖਾ ਦਿੰਦੇ ਹਾਂ, ਠੀਕ ਹੈ ਜੀ। ਇਹ ਵੀ ਵਿਕਾਊ ਆ, ਸੋ ਚਾਹ ਬਣ ਵੀਰ ਇਹ ਵੀ ਤੁਸੀਂ ਖਰੀਦਦਾਰੀ ਕਰ ਸਕਦੇ ਜੀ।
ਤੇ ਗੁਰਜੀਤ ਭਾਈ ਇਹ ਆਪਾਂ ਨਵੀਂ ਪਰਚੇਜ਼ ਕੀਤੀ ਸੀ? ਹਾਂਜੀ ਨਵੀਂ ਹੋਈ, ਅਜੇ 2.5 ਮਹੀਨੇ ਹੋਏ ਵੀਰ ਜੀ ਅਜੇ ਸਾਰੇ। ਹਾਂ 9 ਮਹੀਨੇ ਕਾਰਡ ਜੀ, ਕੋਡ ਗਰੰਟੀ ਕਾਰਡ ਹੈਗਾ? ਹਾਂ ਸਾਰਾ ਕੁਝ ਹੈਗਾ ਵੀਰ ਜੀ। 9 ਕੁ ਮਹੀਨੇ ਹਜੇ ਪਈ ਹੈ ਗਰੰਟੀ? ਹਾਂਜੀ 9 ਮਹੀਨੇ ਤੋਂ ਤਾਂ ਹੀ ਹੋਊਗੀ। ਠੀਕ ਹੈ ਜੀ। ਹਾਂਜੀ ਇਹ ਸਿੰਗਲ ਵਾਕਟੀ ਹੈ ਨਾ? ਸਿੰਗਲ ਵਾਕਟੀ। ਠੀਕ ਉਹ ਮੈਂ ਗਾਵਾਂ ਥੋੜੀਆਂ ਰਹਿ ਗਈਆਂ ਵੇਚਤੀਆਂ ਨਾ। ਹਾਂ 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 ਗਾਂ ਕੁਝ ਮਰ ਗਈਆਂ 3 ਗਾਵਾਂ। ਹਾਂ ਕਾਰੋਬਾਰ ਫਿਰ ਘੱਟ ਗਿਆ ਗਾਵਾਂ ਦਾ ਆਪਣੇ ਕੋਲ। ਤੇ ਉਹਦਾ ਕਰਕੇ ਹੁਣ ਫਾਇਦਾ ਨਹੀਂ, ਕੋਈ ਕੰਮ ਨਹੀਂ, ਖਰਾਬ ਹੋਊਗੀ। ਠੀਕ ਹੈ ਜੀ। ਹਾਂ ਤੁਸੀਂ ਨਵਾਂ ਪੀਸ ਲਿਆ ਸੀ, ਬਿਲਕੁਲ ਕਾਗਜ਼ ਕੂਗਜ਼ ਹਜੇ ਉਤਰੇ ਨਹੀਂ ਗਏ, ਤੁਸੀਂ ਵੇਖ ਸਕਦੇ ਵੀ ਯੂਜ਼ ਬੜੀ ਘੱਟ ਕੀਤੀ ਹੈ ਨਾ, ਵਰਤੋਂ ਘੱਟ ਕੀਤੀ। ਹਾਂਜੀ ਵਰਤੋਂ ਦੇ ਬਾਅਦ 5-7 ਤਰੀਕ ਕੀਤੀ ਮੁੜ ਕੇ। ਹਾਂ ਉਸੇ ਤਰ੍ਹਾਂ ਨਵੀਂ ਪਈ ਆ। ਹਾਂਜੀ ਠੀਕ ਹੈ ਜੀ। ਲਓ ਵੀ ਦੋਸਤੋ, ਇਹ ਦੋਸਤੋ ਮਸ਼ੀਨ ਆ, ਠੀਕ ਹੈ ਜੀ, ਆਹ ਤੁਸੀਂ ਵੇਖ ਸਕਦੇ ਜੀ, ਠੀਕ ਹੈ ਜੀ, ਗਰਗ ਕੰਪਨੀ ਦੀ ਹੈ ਨਾ? ਹਾਂਜੀ ਗਰਗ ਮਿਲਕਿੰਗ ਮਸ਼ੀਨ ਆ, ਲੁਧਿਆਣਾ ਪੰਜਾਬ, ਠੀਕ ਹੈ ਜੀ, ਲੁਧਿਆਣੇ ਦੀ ਬਣੀ ਆ। ਇਹ ਆਪਾਂ ਮੋਗੇ ਜਾ ਕਿੱਥੋਂ ਲਿਆਂਦੀ ਸੀ? ਇਹ ਮੋਗੇ ਦੁਕਾਨ ਆ ਜੀ, ਮੋਗੇ ਤੋਂ ਲਿਆਂਦੀ ਸੀ? ਹਾਂਜੀ। ਆਇਆ ਬਾਏ ਹੈਂਡ ਲਿਆਂਦੀ ਕਿ ਮੰਗਵਾਈ ਸੀ? ਨਹੀਂ ਆਪ ਲੈ ਕੇ ਆਏ। ਆਪ ਲੈ ਕੇ ਆਏ ਸੀ। ਤੇ ਗੁਰਜੀਤ ਭਾਈ ਅੱਜ ਕਿੰਨੇ ਦੀ ਦੇ ਦਾਂਗੇ? ਚਲੋ ਬਿੱਲ ਕਾਰਡ ਤੁਹਾਡੇ ਕੋਲ ਹੋਊਗਾ, ਲਈ ਆ ਤੁਸੀਂ ਉਹ, ਚੱਲ ਗੱਲ ਵੱਖਰੀ, ਅੱਜ ਦੇਵਾਂਗੇ ਕਿੰਨੇ ਦੀ? ਅੱਜ 17,000 ਦੀ ਦੇ ਦਾਂਗੇ। 17 ਦੀ ਨਵੀਂ ਕਿੰਨੇ ਦੀ ਲਈ ਸੀ? ਨਵੀਂ 21,000 ਦੀ ਲਈ ਜੀ। 21 ਦੀ? ਹਾਂਜੀ ਆਪਣੇ ਘਰ ਤੱਕ ਜਿਹੜੀ ਆਪਾਂ ਨੂੰ ਪਈ ਹੈ ਸਾਰੀ ਬਿੱਲ ਬੁੱਲ ਭਰ ਕੇ। 21,500 ਦੀ ਲਈ ਹੈ ਹਾਂ, ਤੇ 500 ਕਿਰਾਇਆ ਲੱਗ ਗਿਆ। ਠੀਕ ਆ ਜੀ। ਲਓ ਵੀ ਦੋਸਤੋ, 21,000 ਚ ਵੀਰ ਨੂੰ ਪਈ ਸੀ ਤੇ ਅੱਜ 17 ਦੀ ਦੇ ਦਾਂਗੇ ਨਾ। ਹਾਂਜੀ। ਬਾਬ ਦੋਸਤੋ, ਕੋਈ ਲੋੜਵੰਦ ਕੋਈ ਚਾਹ ਬਣ ਵੀਰ ਆ ਤੁਸੀਂ ਖਰੀਦਣੀ ਚਾਹੁੰਦੇ ਜੀ, ਤੇ ਸਿੰਗਲ ਪਾਕਟ ਆ, ਠੀਕ ਆ ਜੀ, ਤੇ 20 ਲੀਟਰ ਦੀ ਪੈਕਟ ਆ? ਹਾਂਜੀ 25 ਦੀ। 25 ਦੀ? ਹਾਂਜੀ ਦੋਸਤੋ, 25 ਲੀਟਰ ਪਾਕਟ ਹੈਗੀ ਆ, ਠੀਕ ਆ, ਤੇ ਮਿਲ ਜੂ 17,000 ਦੀ ਤੁਹਾਨੂੰ। 21,000 ਦੇ ਵਿੱਚ ਵਿੱਚ ਵੀਰ ਨੂੰ ਪਈ ਸੀਗੀ, ਬਿੱਲ ਬੁੱਲ ਕੱਟ ਕੇ ਕਰ ਦਿਓ, ਕਿਰਾਇਆ ਭੜਾ ਪੈਣਾ ਜੋ ਵੀ ਪ੍ਰੋਸੈਸ ਸਾਰਾ ਜਿੰਨਾ ਕਰਕੇ, ਤੇ ਇਹ 17,000 ਚ ਮਿਲ ਜੂਗੀ ਦੋਸਤੋ। ਬਾਕੀ ਸਾਰੇ ਬੰਨਿਓ ਤੁਹਾਨੂੰ ਦਿਖਾ ਦਿੰਦੇ ਆਪਾਂ, ਆਹ ਦੇਖੋ ਜੀ, ਚਾਲੂ ਕੰਡੀਸ਼ਨ ਚ ਹੀ ਹੈ ਨਾ? ਬਿਲਕੁਲ ਚਲਾ ਕੇ ਦਿਖਾ ਦਿੰਦੇ, ਚਾਲੂ ਕੰਡੀਸ਼ਨ ਦੇ ਵਿੱਚ ਆ ਭਰਾਵੋ, ਠੀਕ ਆ, ਤੇ ਕੋਈ ਵੀਰ ਆਪਦੀ ਤਸੱਲੀ ਕਰਕੇ ਲੈ ਜੇ, ਠੀਕ ਆ ਜੀ, ਚਾਲੂ ਬਿਲਕੁਲ ਬਿਜਲੀ ਦਾ ਤੁਸੀਂ ਆਪਣੀ ਚੈੱਕ ਕਰ ਸਕਦੇ। ਤੇ ਗੁਰਜੀਤ, ਇਹ ਅੱਜ ਆਪਣੇ ਕੋਲ ਟੋਟਲ ਸਮਾਨ, ਇੱਕ ਮਸ਼ੀਨ ਤੇ 3 ਮੱਝਾਂ ਸੀ, ਤੇ ਨੰਬਰ ਕਰ ਦਈਏ ਸਾਂਝੇ ਆਪਣੇ ਭੈਣ ਭਰਾਵਾਂ ਨਾਲ। ਨੰਬਰ ਆਪਣਾ ਹੈਗਾ ਜੀ 6258। ਹਾਂਜੀ 22-343। ਠੀਕ ਆ ਜੀ। ਹਾਂਜੀ ਓਕੇ ਵੀਰੇ। ਲਓ ਦੱਸੋ, ਇਹ ਸਨ ਵੀਰ ਗੁਰਜੀਤ, ਪਿੰਡ ਨਦੌਰ ਤੁਸੀਂ ਵਿਜਿਟ ਕਰਨੀ ਆ, ਪੱਟੀ ਸ਼ਹਿਰ ਦੇ ਬਿਲਕੁਲ ਲਾਗੇ ਪਿੰਡ ਆ, ਪਨਗੋਟਾ ਪਿੰਡ ਥੋੜੀ ਦੂਰੀ ਤੇ ਆ, ਪਸ਼ੂ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਵਿਕਰੀ ਵਾਲੇ, ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ। ਪਿਛਲੀ ਵੀਡੀਓ ਦੇ ਵਿੱਚ ਵੀ ਪਸ਼ੂ ਦਿਖਾਏ ਸੀ, ਬਿਲਕੁਲ ਨਾਰਮਲ ਜਾਇਜ਼ ਰੇਟਾਂ ਦੇ ਉੱਪਰ ਮਿਲ ਗਏ ਸੀ ਸਾਰੇ ਭਰਾਵਾਂ ਨੂੰ। ਅੱਜ ਵੀ ਜਿਹੜੇ ਇਹ ਪਸ਼ੂ ਆ, ਠੀਕ ਆ ਜੀ, ਫਿਲਹਾਲ ਇੱਕ ਮਸ਼ੀਨ ਤੁਹਾਨੂੰ ਦਿਖਾਤੀ ਆ। ਸੋ ਦੋਸਤੋ, ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।